ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸਰੋਤਨ ਜੀ ਆਇਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਆਈ ਵੱਡੀ ਖਬਰ 2020 ਤੀ ਤੱਕ ਇੰਡੀਆ ਲਈ ਕੀਤਾ ਹੈ ਐਲਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਆਜ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡੀ ਖਬਰ ਸਾਹਮਣੇ ਜਿੱਥੇ ਭਾਰਤ ਵਿੱਚ 2020 ਤੀ ਤੱਕ ਲੈ ਕੇ ਐਲਾਨ ਕੀਤਾ ਗਿਆ ਹੈ ਪ੍ਰਾਪਰ ਜਾਣਕਾਰੀ ਸ ਟੈਲੀਕਮ ਰੈਗੂਲੇਟਰੀ ਅਥਾਰਟੀ ਦੀ 5ਵੀਂ ਵੇਰੀਗੰਡ ਮਨਾਇ ਗਈ ਹੈ ਅਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਅੰਦਰ ਮੋਦੀ ਸ਼ਾਮਲ ਹੋਏ ਜਿੱਤਿਆ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਦੇਸ਼ ਵਿੱਚ ਟੈਲੀਕਮ ਰੈਗੂਲੇਟਰੀ ਅਥਾਰਟੀ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਆਖਿਆ ਕਿ ਦੇਸ਼ ਦੀ ਆਰਥਵਿਵਸਥਾ ਵਾਸਤੇ 450 ਡਾਲਰ ਦਾ ਯੋਗਦਾਨ ਪਾ ਕੇ ਜਿੱਤੇ ਦੇਸ਼ ਅੰਦਰ 1.5 ਸਾਲਾਂ ਦੇ ਤੱਕ 5G ਸੇਵਾਵਾਂ ਦੇਸ਼ ਅੰਦਰ ਲਾਉ ਦਿੱਤੀਆਂ ਜਾਣਗੀਆਂ ਉទিওਨਾਂ ਕਿ 2020 ਤੀ ਤੱਕ ਇੰਟਰਨੈਟ ਦੀ ਸੇਵਾਵਾਂ ਆਰਧ੍ਰਿਤ ਸ਼ੁਰੂ ਹੋ ਸਕਦੀਆਂ ਨੇ ਕਿਉਂਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ 5G ਸੇਵਾਵਾਂ ਦਾ ਦੇਸ਼ ਅੰਦਰ ਸ਼ੁਰੂ ਹੋਣ ਜਾ ਰਹੀਆਂ ਨੇ ਜਿਸ ਵਾਸਤੇ ਅਧਿਕਾਰੀਆਂ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਦਿਸ਼ੇਜੀ ਨੂੰ ਵੀ ਲੈ ਕੇ ਟਾਸਕ ਫੋਰਸ ਵੱਲੋਂ ਆਪਣਾ ਕੰਮ ਜੋਰ-ਸ਼ੋਰ ਤੇ ਕੀਤਾ ਜਾ ਰਿਹਾ ਹੈ ਖਬਰਾਂ ਲਾਸਤ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ